ਨਾ ਉਮੀਦਤਾ ਮੈਂ ਦਾਹੇ ਜੀ ਦਾ ਸੀਓ ਹਾਂ ਅਸੀਂ ਇਹ ਗਰੀਬ ਬੱਚਿਆਂ ਵਾਸਤੇ ਜ਼ਰੂਰਤਮੰਦ ਬੱਚਿਆਂ ਵਾਸਤੇ ਜੋ ਅਸੀਂ ਪ੍ਰਾਰਲਾ ਕੀਤਾ ਹੈ ਉਹਦੇ ਨਾਲ ਸਾਨੂੰ ਕਈ ਪਰਿਵਾਰ ਸਾਡੇ ਨਾਲ ਜੁੜ ਕੇ ਸਾਨੂੰ ਸਹਿਯੋਗ ਮਿਲਿਆ ਹੈ ਪਹਿਲਾਂ ਐਸਡੀਐਮ ਮੈਮ ਸ਼ਕਤੀ ਸਾਨੀ ਜੀ ਇੱਥੇ ਆਏ ਸੀ ਉਹਨਾਂ ਨੇ ਵੀ ਦੇਖਿਆ ਬੱਚਿਆਂ 'ਚ ਬਹੁਤ ਬਹੁਤ ਉਮੀਦਾਂ ਹੈ ਬੱਚਿਆਂ ਦੇਖਿਆ ਵੀ ਇੰਗਲਿਸ਼ ਇੰਟਰੋਡਕਸ਼ਨ ਦਿੰਦੇ ਹਨ ਬੱਚੇ ਬੱਚੇ ਬਹੁਤ ਇੰਟੈਲੀਜੈਂਟ ਹੈ ਤੇ ਇਹਨਾਂ ਨੂੰ ਉਹਨਾਂ ਨੇ ਸਹਿਯੋਗ ਦਾ ਹੰਦ ਭਰੋਸਾ ਦਿੰਤਾ ਹੈਗਾ ਕਿ ਇਹਨਾਂ ਬੱਚਿਆਂ ਨੂੰ ਸਕੂਲ ਦੀ ਜਗ੍ਹਾ ਦਿੱਤੀ ਜਾਏਗੀ ਨਕਲੀ ਪ੍ਰਗਿਆ ਮੰਡਲ ਜੋ ਸ਼ਾਂਤੀ ਕੁੰਜ ਹਰੀਦਵਾਰ ਤੋਂ ਸਾਨੂੰ ਨਿਰਦੇਸ਼ ਹੈ ਉਤੋਂ ਅਸੀਂ ਬਟਿੰਡੇ ਦੇ ਲੈਵਲ ਤੇ ਗਾਇਤਰੀ ਪ੍ਰਗਰਾਮ ਮੰਡਲ ਦਾ ਨਿਰਮਾਣ ਕੀਤਾ ਹੈ ਔਰ ਲਗਾਤਾਰ 2 ਟਾਈ ਮਹੀਨਿਆਂ ਤੋਂ ਲਗਾਤਾਰ ਇੱਥੇ ਸਕੂਲ ਚਲਾ ਰਹੇ ਹਾਂ ਜਦੋਂ 60-65 ਬੱਚਿਆਂ ਤੋਂ ਲੈ ਕੇ ਅੱਜ 300 ਬੱਚਿਆਂ ਦੀ ਸਟਰੈਂਥ ਹੈ ਔਰ ਇਨ੍ਹਾਂ ਬੱਚਿਆਂ ਨੂੰ ਸਭ ਤੋਂ ਵੱਡੀ ਗੱਲ ਸਿੱਖਿਆ ਜਿਹੜਾ ਇਹਨਾਂ ਦਾ ਜ਼ਰੂਰੀ ਜ਼ਰੂਰੀ ਬਹੁਤ ਜ਼ਰੂਰੀ ਇਹਨਾਂ ਦਾ ਅੰਗ ਹੈ ਇੱਕ ਸਿੱਖਿਆ ਦੇਣ ਦੀ ਅਸੀਂ ਪ੍ਰਯਾਸ ਕਰ ਰਹੇ ਹਾਂ ਉਸ ਤੋਂ ਇਲਾਵਾ ਬੱਚਿਆਂ ਨੂੰ ਲਗਭਗ ਅਸੀਂ 25000 ਦੇ ਲਗਭਗ ਅਸੀਂ ਸਵੈਟਰ ਇਹਨਾਂ ਨੂੰ ਡਿਸਟ੍ਰੀਬਿਊਟ ਕਰ ਚੁੱਕੇ ਹਾਂ ਉਸ ਤੋਂ ਇਲਾਵਾ ਇਹਨਾਂ ਨੂੰ ਕੈਪ ਕਿਉਂਕਿ ਸਰਦੀ ਬਹੁਤ ਅੱਗੇ ਅੱਗੇ ਆ ਰਹੀ ਹੈ ਤਾਂ ਟੋਪੀਆਂ ਇਹਨਾਂ ਨੂੰ ਲਗਭਗ 6600 ਦੀਆਂ ਟੋਪੀਆਂ ਉਹ ਲਗਭਗ 3.5-4000 ਦੀਆਂ ਕਿਤਾਬਾਂ ਕਾਪੀਆਂ ਔਰ ਪੈਨਸਲ ਸ਼ਾਪਨਰ ਔਰ ਪੈਨ ਇਹ ਡਿਸਟ੍ਰੀਬਿਊਟ ਕਰ ਚੁੱਕੇ ਆ ਇਸ ਤੋਂ ਇਲਾਵਾ ਅਸੀਂ ਇੱਕ ਬੁੱਕ ਲਾਂਚ ਕੀਤੀ ਹੈ ਜੋ ਸਾਡੇ ਹਾਈਟ ਸੈਂਸਿਟਿਊਟ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਕਰ ਰਿਹਾ ਹੈ ਜਿਨ੍ਹਾਂ ਦੇ ਜਿਹੜੇ ਹੈੱਡ ਨੇ ਯਮਨੀ ਸ਼ਰਮਾ ਜੀ ਇਹ ਉਹਨਾਂ ਨੇ ਬੁੱਕ ਤਿਆਰ ਕੀਤੀ ਹੈ ਜਿਦੇ ਵਿੱਚ ਸਭ ਤੋਂ ਵੱਡੀ ਗੱਲ ਸੰਸਕਾਰਾਂ ਦੇ ਉੱਤੇ ਪਹਿਲਾਂ ਕੁਝ ਪੇਜ ਸੰਸਕਾਰਾਂ ਦੇ ਉੱਤੇ ਅਸੀਂ ਉਹ ਕੀਤੇ ਨੇ ਉਸ ਤੋਂ ਬਾਅਦ ਮੈਥ ਉਸ ਤੋਂ ਬਾਅਦ ਇੰਗਲਿਸ਼ ਔਰ ਅੱਜ ਇਹ ਬੱਚੇ ਜੋ ਅਸੀਂ ਕੱਢੇ ਨੇ ਲਗਭਗ 25 30 ਬੱਚੇ ਇਸ ਤਰ੍ਹਾਂ ਇਸ ਸਲੇਬਲ ਤੇ ਆ ਗਏ ਨੇ ਵੀ ਅਸੀਂ ਇਹ ਕਹਿੰਨਾ ਵੀ ਇਹ ਸਲਾਮ ਏਰੀਆ ਦੇ ਵਿੱਚ ਜ਼ਰੂਰ ਰਹਿੰਦੇ ਆ ਲੇਕਿਨ ਇਹ ਸ਼ਹਿਰ ਦੀ ਕ੍ਰੀਮ ਹੈ ਔਰ ਅੱਜ ਇਹ ਬੱਚੇ ਆਪਣਾ ਪਰਿਚੈ ਜੋ ਵੀ ਸਾਡਾ ਕੋਈ ਗੈਸਟ ਆਂਦਾ ਹੈ ਇੰਗਲਿਸ਼ ਦੇ ਵਿੱਚ ਦਿੰਦੇ ਨੇ ਇੱਕ ਬਹੁਤ ਵੱਡੀ ਗੱਲ ਹੈ ਵੀ ਇੱਕ ਸਲਾਮ ਏਰੀਆ ਦੇ ਵਿੱਚ ਬੱਚੇ ਰਹਿਣ ਵਾਲੇ ਛੋਟੀਆਂ-ਛੋਟੀਆਂ ਕਲਾਸਾਂ ਦੇ ਵਿੱਚ 5ਵੀਂ 6ਵੀਂ 7ਵੀਂ ਵਾਲਾ ਬੱਚਾ ਜਿਹੜਾ ਪੜ੍ਹ ਰਿਹਾ ਹੈ ਇੰਗਲਿਸ਼ ਦੇ ਵਿੱਚ ਆਪਣਾ ਪਰਿਚੈ ਦੇ ਰਿਹਾ ਔਰ ਇਸ ਤੋਂ ਇਲਾਵਾ ਅਸੀਂ ਪਵਿੱਖ ਦੇ ਵਿੱਚ ਅਸੀਂ ਚਾਹੁੰਦੇ ਹਾਂ ਵੀ ਇੱਥੇ ਸਾਨੂੰ ਬੈਠਣ ਨੂੰ ਜਿਸ ਤਰ੍ਹਾਂ ਜਗ੍ਹਾ ਅਸੀਂ ਖੁਦ ਆਪਣੇ ਸਾਨੂੰ ਸਹਾਯੋਗੀ ਜਿਹੜੇ ਨੇ ਦਾਨੀ ਸੱਜਣ ਨੇ ਉਹਨਾਂ ਨੇ ਮਿੱਟੀ ਪਵਾ ਕੇ ਦਿੱਤੀ ਹੈ ਇੱਥੇ ਬੈਠਣ ਦੀ ਜਗ੍ਹਾ ਦਰੀਆਂ ਪੱਲੀਆਂ ਕੁਰਸੀਆਂ ਬਲੈਕਬੋਰਡ ਮੁਹੱਈਆ ਕਰਾਏ ਨੇ ਉਸੇ ਤਰ੍ਹਾਂ ਪਵਿੱਖ ਦੇ ਵਿੱਚ ਅਸੀਂ ਇਹ ਚਾਹੁੰਦੇ ਹਾਂ ਵੀ ਇਸ ਨੂੰ ਥੋੜੀ ਜਿ ਇਸ ਨੂੰ ਬਾਉਂਡਰੀ ਕਰਕੇ ਕਿਉਂਕਿ ਬੱਚੇ ਇੱਥੇ ਬੈਠਦੇ ਨੇ ਪਰੇਸ਼ਾਨੀਆਂ ਆਉਂਦੀਆਂ ਨੇ ਕੁੱਤੇ ਐ ਹੋਰ ਜਾਨਵਰ ਨੇ ਉਹ ਵਿਚਾਲੇ ਵੜਦੇ ਨੇ ਪੜ੍ਹਾਈ ਦੇ ਵਿੱਚ ਬਹੁਤ ਔਕੜਾਂ ਆਉਂਦੀਆਂ ਨੇ ਅਸੀਂ ਚਾਹੁੰਦੇ ਹਾਂ ਵੀ ਛੋਟੀ ਛੋਟੀ 3-4 ਫੁੱਟ ਦੀ ਬਾਉਂਡਰੀ ਕਰਕੇ ਬੱਚੇ ਬਹਿਣਾ ਜਿੱਥੇ ਸੌਖਾ ਹੋ ਜੇ ਤਾਂ ਕਿ ਬੱਚਿਆਂ ਨੂੰ ਸੌਖੇ ਤਰੀਕੇ ਨਾਲ ਪੜਾਇਆ ਜਾ ਸਕੇ ਔਰ ਪਵਿੱਕ ਦੇ ਵਿੱਚ 26 ਜਨਵਰੀ ਨੂੰ ਅਸੀਂ ਇੱਕ ਤਿਆਰ ਕਰ ਰਹੇ ਹਾਂ ਇੱਕ ਚਾਕੀ ਇਹਨਾਂ ਬੱਚਿਆਂ ਦੀ ਇੱਕ ਸਲਾਮ ਏਰੀਆ ਦੇ ਬੱਚਿਆਂ ਦੀ ਚਾਕੀ ਤਿਆਰ ਕਰਾਂਗੇ ਜੋ ਬੱਚੇ ਆਪਣਾ ਪਰਿਚੈ ਇੰਗਲਿਸ਼ ਦੇ ਵਿੱਚ ਦੇਣਗੇ ਇੰਗਲਿਸ਼ ਦੇ ਵਿੱਚ ਪੋਇਮ ਸੁਣਾਉਣਗੇ ਔਰ ਜੋ ਅੱਜ ਦੇ ਹਾਲਾਤਾਂ ਨੂੰ ਦੇਖਦੇ ਹੋਏ ਇੰਗਲਿਸ਼ ਦੇ ਵਿੱਚ ਉਹਨਾਂ ਨੇ ਕੁਝ ਸਪੀਚ ਤਿਆਰ ਕੀਤੀਆਂ ਹੋਈਆਂ ਬੱਚਿਆਂ ਨੇ ਉਹ ਵੀ ਸੁਣਾਉਣਗੇ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਸ ਸਕੂਲ ਨੂੰ ਕੋਸ਼ਿਸ਼ ਕਰ ਰਹੇ ਹਾਂ ਵੀ ਪੂਰੀ ਬੱਸੀ ਦੇ ਬੱਚੇ ਕੋਈ ਬਸ ਕੋਈ ਬੱਸੀ ਦਾ ਬੱਚਾ ਜਿਹੜਾ ਸਿੱਖਿਆ ਤੋਂ ਬਗੈਰ ਨਾ ਰਵੇ ਉਹਨਾਂ ਬੱਚਿਆਂ ਨੂੰ ਸਾਰਿਆਂ ਨੂੰ ਐਥੇ ਇਕੱਠੇ ਕਰਕੇ ਅਸੀਂ ਪੜਾਉਂਦਾ ਇੱਕ ਟੀਚਾ ਚੁੱਕਿਆ ਜੋ ਸਾਡੇ ਮਾਰਗਦਰਸ਼ਨ ਗਾਇਤਰੀ ਪਰਿਵਾਰ ਜੋ ਸਾਡਾ ਸ਼ਾਂਤੀ ਕੁੰਜ ਹਰਿਦਵਾਰ ਤੋਂ ਪੰਡਿਤ ਸ਼੍ਰੀ ਰਾਮ ਸ਼ਰਮਾ ਚਾਰਾ ਜੀ ਦੇ ਉਹਨਾਂ ਦੇ ਜੋ ਨਿਰਦੇਸ਼ ਜੋ ਪੂਰਨੇ ਪਾਏ ਹੋਏ ਨੇ ਅਸੀਂ ਯੁੱਗ ਦਾ ਨਿਰਮਾਣ ਕਰਨ ਚੱਲੇ ਆ ਅਸੀਂ ਰਾਸ਼ਟਰ ਦਾ ਨਿਰਮਾਣ ਕਰਨ ਚੱਲੇ ਆ ਅਸੀਂ ਚਾਹੁੰਦੇ ਆ ਸਾਨੂੰ ਸਰਕਾਰਾਂ ਸਾਨੂੰ ਐਨਜੀਓ ਸਾਡੀਆਂ ਮਦਦ ਕਰਨ ਔਰ ਭਵਿੱਖ ਦੇ ਵਿੱਚ ਇਨ੍ਹਾਂ ਬੱਚਿਆਂ ਦੀ ਜੋ ਸਾਡੀ ਫਲਵਾੜੀ ਹੈ ਦੇਸ਼ ਦੇ ਭਵਿੱਖ ਨੇ ਉਹਨਾਂ ਨੂੰ ਅਸੀਂ ਅੱਗੇ ਵਧਾ ਸਕੀਏ ਅੱਗੇ ਲੈ ਜਾ ਸਕੀਏ